ਬਰਨਾਲਾ 'ਚ ਸਿਹਤ ਵਿਭਾਗ ਤੇ CIA ਸਟਾਫ ਨੇ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਵਿੱਚ ਛਾਪਾ ਮਾਰ 11 ਕੁਇੰਟਲ 28 ਕਿਲੋ ਨਕਲੀ ਦੇਸੀ ਘਿਓ ਬਰਾਮਦ ਕੀਤਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਨਾਲਾ ਜ਼ਿਲ੍ਹਾ ਦੇ ਸਿਹਤ ਅਧਿਕਾਰੀ ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਰਨਾਲਾ 'ਚ ਕਈ ਲੋਕ ਨਕਲੀ ਦੇਸੀ ਘਿਓ ਬਣਾ ਰਹੇ ਹਨ, ਜਿਸ ਤੋਂ ਬਾਅਦ ਉਹਨਾਂ ਨੇ ਡੇਅਰੀ ਵਿਭਾਗ, ਸਿਹਤ ਵਿਭਾਗ ਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਬਠਿੰਡਾ ਰੋਡ ਤੇ ਪਿੰਡ ਕੁਣਸ ਦੇ ਨੇੜੇ ਫੈਕਟਰੀ 'ਚ ਰੇਡ ਕੀਤੀ। 72 ਟੀਨ ਨਕਲੀ ਦੇਸੀ ਘਿਓ ਦੇ ਬਰਾਮਦ ਕੀਤੇ। ਸਾਨੂੰ ਪਿੱਛੇ ਦਿਨ ਇਹ ਪਤਾ ਲੱਗਾ ਸੀ ਕਿ ਇੱਥੇ ਸਾਡੇ ਜ਼ਿਲ੍ਹੇ 'ਚ ਦੇਸੀ ਘੀ ਨਕਲੀ ਕੋਈ ਬਣਾ ਰਿਹਾ। ਅਸੀਂ ਉਸੇ ਸਮੇਂ ਅਸੀਂ 3 ਵਿਭਾਗ ਲੈ ਕੇ ਰੇਡ ਕੀਤੀ, ਜਿਨ੍ਹਾਂ 'ਚੋਂ CA ਸਟਾਫ, ਡੇਅਰੀ ਵਿਭਾਗ ਦੇ ਬੰਦੇ ਸੀ। ਅਸੀਂ ਰੇਡ ਕੀਤੀ, ਰੇਡ ਦੇ ਦੌਰਾਨ ਅਸੀਂ ਪਾਇਆ ਕਿ 72 ਟੀਨ 15 ਕਿਲੋ ਦੇ, ਜਿਹੜੇ ਕਿ 10 ਕਿਲੋ 80 ਕਿਲੋ ਦੇ ਆਪਣੇ ਦੇਸੀ ਘੀ ਨਕਲੀ ਫੜਿਆ। ਫਿਰ 200 ਗ੍ਰਾਮ ਦੇ ਅਸੀਂ ਤਕਰੀਬਨ 72 ਕਿਲੋ ਉਹ ਫੜੇ। ਫਿਰ ਅਸੀਂ 500 ਗ੍ਰਾਮ ਦੇ, ਅੱਧਾ ਕਿਲੋ ਦੇ ਤਕਰੀਬਨ 18 ਡੱਬੇ ਫੜੇ, ਅਤੇ 1 ਕਿਲੋ ਦੇ ਉਹ ਵੀ 16 ਕੁ ਅਸੀਂ ਦੇਸੀ ਘੀ ਦੇ ਜਿਹੜੇ ਨਕਲੀ ਡੱਬੇ ਫੜੇ। ਅਸੀਂ ਇਹ ਡੱਬੇ ਫੜ ਕੇ ਜੋ ਉਪਰੋਕਤ ਕਾਰਵਾਈ ਕਰਦੇ ਹੋਏ ਅਸੀਂ ਖਰੜ ਲੈਬ 'ਚ ਭੇਜੇ। ਉੱਥੋਂ ਸਾਨੂੰ ਰਿਪੋਰਟ ਆਈ ਹੈ ਕਿ ਜਿਹੜਾ ਇਹ ਸਾਰਾ ਮਾਲ ਸੀ ਇਹ ਸਬ ਸਟੈਂਡਰਡ ਹੈ। ਅਸੀਂ ਉਹ ਸਾਰੇ ਮਾਲ ਨੂੰ ਹੁਣ ਜੋ ਵੀ ਬੰਦਾ ਸੀ ਕਾਰਵਾਈ ਕਰਦੇ ਹੋਏ ਅਸੀਂ ADC ਸਾਹਿਬ ਜੋ ਸਾਡੇ ਕੋਰਟ ਦੇ ਹੈ ਉਹਨਾਂ ਕੋਲ ਅਸੀਂ ਇਹ ਕੇਸ ਲਾਵਾਂਗੇ, ਅਤੇ ਜੋ ਵੀ ਅਗਰ ਉਹ ਹੁਕਮ ਸਾਨੂੰ ਕਰਨਗੇ ਕਿ ਇਹਨੂੰ ਸਾਰਾ ਡਿਸਟਰੋਏ ਕਰ ਦਿੱਤਾ ਜਾਵੇ, ਇਹ ਤਕਰੀਬਨ 4-5 ਲੱਖ ਦਾ ਮਾਲ ਹੈ, ਅਸੀਂ ਡਿਸਟਰੋਏ ਕਰਾਂਗੇ ਔਰ ਉਹਨੂੰ ਜੋ ਵੀ ਪੈਨਲਟੀ ਪੈਂਦੀ ਹੈ ਜੋ ਵੀ ਕਾਨੂੰਨਾਂ ਦੇ ਤਹਿਤ ਉਹਨੂੰ ADC ਸਾਹਿਬ ਹੀ ਇਹ ਡਿਸਾਈਡ ਕਰਨਗੇ ਕਿ ਇਹਨੂੰ ਕੀ ਪੈਨਲਟੀ ਜਾਂ ਜੋ ਵੀ ਹੈ। ਸਰ, ਇਸ 'ਚ ਇਹ ਵੀ ਪਤਾ ਲੱਗਿਆ ਕਿ ਇਹ ਬੰਦਾ ਜਿਹੜਾ ਹੈਗਾ ਪਹਿਲਾਂ ਵੀ ਇਸ ਤਰ੍ਹਾਂ ਕੋਈ ਡੁਪਲੀਕੇਟ ਦੇਸੀ ਘਿਓ ਦਾ ਕੰਮ ਕਰਦਾ ਹੈ, ਕੀ ਸਿਹਤ ਵਿਭਾਗ ਵੱਲੋਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਦਬਿਸ਼ ਦਿੱਤੀ ਗਈ ਇਸ 'ਤੇ? ਪਹਿਲਾਂ ਵੀ ਅਸੀਂ 6 ਮਹੀਨੇ ਪਹਿਲਾਂ ਅਸੀਂ CA ਸਟਾਫ ਨੂੰ ਲੈ ਕੇ ਅਸੀਂ ਰੇਡ ਕੀਤੀ ਸੀ। ਉਸ ਦੌਰਾਨ ਅਸੀਂ ਸੈਂਪਲ ਜੋ ਵੀ ਲਏ ਸੀ, ਪਰ ਉਸ ਸਮੇਂ ਦੌਰਾਨ ਇਹਨਾਂ ਦਾ ਲਾਈਟ ਹਰਮਨ ਕੀ ਹੈ ਉਹ ਅਸੀਂ ਸੈਂਪਲ ਤਕਰੀਬਨ ਲਏ ਸੀ ਅਤੇ ਉਹ ਪਾਸ ਆਏ ਹਨ।